ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ ਸਾਧ ਸੰਗਤ ਜੀ, ਸੰਗਤਾਂ ਵੱਲੋਂ ਕਾਫੀ ਇਸ ਸ਼ਬਦ ਦੀ ਮੰਗ ਹੋਈ ਸੀ ਬੜੇ ਚਿਰ ਤੋਂ, ਜੋ ਆਸਾ ਦੀ ਵਾਰ ਦੇ ਅੰਦਰ ਸਲੋਕ ਮਹਿਲਾ ਪਹਿਲਾ ਦੂਸਰੇ ਛੱਕੇ ਦੇ ਵਿੱਚ ਸਲੋਕ ਆਉਂਦਾ ਹੈ ਪਹਿਲਾ। ਸੋ ਇਸ ਦੀਆਂ ਜਿਹੜੀਆਂ ਤੁਕਾਂ ਤੋਂ ਕੀਰਤਨ ਸ਼ੁਰੂ ਕਰਨਾ ਹੈ ਉਹ ਹੈ ਨੇ, ਸੱਚੀ ਤੇਰੀ ਸਿਫਤ ਸੱਚੀ ਸਾਲਾਹ, ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ। ਅਤੇ ਇਸ ਸ਼ਬਦ ਦੇ ਅੰਦਰ ਕਰੀਬਨ 12 ਤੁਕਾਂ ਨੇ, 12, ਅਤੇ ਪਹਿਲੀਆਂ 3 ਜਿਹੜੀਆਂ ਨੇ ਉਹ ਇਕੱਠੀਆਂ ਪੜੀਆਂ ਜਾਣਗੀਆਂ, ਕਿਉਂਕਿ ਸੱਚੇ ਤੇਰੇ ਖੰਡ ਸੱਚੇ ਬ੍ਰਹਿਮੰਡ ਦੇ ਨਾਲ, ਸੱਚੇ ਤੇਰੇ ਲੋ ਸੱਚੇ ਆਕਾਰ, ਸੱਚੇ ਤੇਰੇ ਕਰਨ ਸਰਬ ਵਿਚਾਰ, ਇੱਥੇ ਤੱਕ ਇਹਨਾਂ ਦੇ ਅੰਦਰ ਇੱਕੋ ਜਿਹੀ ਆਵਾਜ਼ ਹੈ। ਅਖੀਰਲੇ ਜੋ ਹੈ ਆਰ ਆਕਾਰ ਅਤੇ ਵਿਚਾਰ ਅਤੇ ਸਮਾਪਤੀ ਹੁੰਦੀ ਹੈ। ਇੱਥੇ ਦੀਬਾਣ ਫੁਰਮਾਣ ਨਿਸ਼ਾਨ, ਇਹ ਤਿੰਨੇ ਤੁਰਨਾ ਇੱਕ ਤੁੱਕਾਂ ਇਕੱਠੀਆਂ ਪੜੀਆਂ ਜਾਣੀਆਂ ਨੇ, ਬਾਕੀ ਅੱਗੇ 2 ਨੇ। ਫਿਰ ਸੱਚੇ ਤੁਧ ਆਖੈਂ ਲੱਖ ਕਰੋੜ, ਇੱਥੇ ਧਿਆਨ ਰੱਖਣਾ ਸੱਚੈ ਸਭ ਤਾਣ ਸੱਚੈ ਸਭ ਜ਼ੋਰ, ਬਾਕੀ ਸਾਰੇ ਸ਼ਬਦ ਵਿੱਚ ਸੱਚੇ ਨੂੰ ਇੱਕ ਲਾਂ ਲੱਗੀ ਹੋਈ ਹੈ, ਇੱਥੇ 2 ਨੇ, ਸੱਚੈ ਸਭ ਤਾਣ ਸੱਚੈ ਸਭ ਜ਼ੋਰ। ਫਿਰ ਇਹ ਦੋਨੋਂ ਤੁੱਕਾਂ ਸਥਾਈ ਦੀਆਂ ਨੇ, ਅਤੇ ਅੰਤਰਾ ਫਿਰ ਖੋਰ ਹੈ, ਨਾਨਕ ਸੱਚ ਅਤੇ ਆਇਨ ਸੱਚ, ਜੋ ਮਰ ਜੰਮੇ ਸੋ ਕੱਚ ਉਨ ਕੱਚ। ਸੋ ਆਓ ਸ਼ਬਦ ਸ਼ੁਰੂ ਕਰਦੇ ਹਾਂ। ਤਾਂ ਮੇਰੇ ਮਨ 'ਚ ਆਇਆ ਸੀ ਮੈਂ ਸ਼ਬਦ ਨੂੰ ਇੱਥੋਂ ਸ਼ੁਰੂ ਕਰਾਂ, ਬੀਬੀਆਂ ਦੇ ਸਕੇਲ 'ਤੇ ਬੀਬੀਆਂ ਵੱਲੋਂ ਜ਼ਿਆਦਾ ਜੋ ਹੈ ਬੇਨਤੀ ਇਸ ਸ਼ਬਦ ਦੀ ਆਈ ਹੈ। ਤੋ ਇਹਨੂੰ ਅਸੀਂ ਸਾ ਤੋਂ ਅਗਰ ਕਰਦੇ ਹਾਂ, ਇਸਨੂੰ ਸਾ ਰੇ ਗਾ ਮਾ ਪਾ ਧਾ ਨੀ ਸਾ ਨੀ ਕੋਮਲ, ਹਾਂਜੀ, ਤਾਂ ਇੱਥੇ ਤੱਕ ਰੇ ਅਤੇ ਗਾ ਕੋਮਲ 'ਤੇ ਜਾਣਾ, ਯਾਨੀ ਕਿ ਇੱਥੇ ਤੱਕ ਆ ਜਾਣਾ ਗਾ ਕੋਮਲ, ਹਾਂਜੀ, ਉੱਪਰ ਆਏਗੀ ਆਵਾਜ਼। ਸੋ ਉੱਥੋਂ ਸ਼ੁਰੂ ਕਰ ਰਿਹਾ ਸੀ, ਸੱਚੀ ਤੇਰੀ ਸਿਫਤ ਸੱਚੀ ਸਾਲਾ, ਫਿਰ ਦੁਬਾਰਾ ਦੱਸਦਾ, ਸੱਚੀ ਤੇਰੀ ਸਿਫਤ ਸੱਚੀ ਸਾਲਾ। ਦੂਸਰੀ ਲਾਈਨ, ਸੱਚੀ ਤੇਰੀ ਕੁਦਰਤ, 1 2 3 4, ਬੜਾ ਸਿੰਪਲ ਜਾਣਾ, ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ ਸੱਚੇ ਪਾਤਸ਼ਾਹ। ਅਤੇ ਵੈਸੇ ਉਹਨਾਂ ਨੇ ਬਿਲਕੁਲ ਸਿੱਧੀ ਟਿਊਨ ਪਹਿਲਾਂ ਕੀਤੀ ਹੈ, ਸੱਚੇ ਪਾਤਸ਼ਾਹ, ਆਮ ਤੌਰ 'ਤੇ ਇਹ ਕਰਦੇ ਨੇ, ਪਰ ਕਈ ਵਾਰ ਕਰਦੇ ਨੇ ਯਾਨੀ ਕਿ ਇੱਥੇ ਗਾ ਵੀ ਕੋਮਲ ਰੇ ਵੀ ਕੋਮਲ ਹੋ ਜਾਂਦਾ ਇਸ ਜਗ੍ਹਾ 'ਤੇ, ਪਰ ਉੱਪਰ ਜਾ ਕੇ ਰੇ ਸ਼ੁੱਧ ਹੁੰਦਾ। ਸੋ ਇੱਥੇ ਇਹ ਵੀ ਗਾ ਮੈਂ ਦੱਸਾਂ ਕਿ ਧਾ ਤੋਂ ਬਾਅਦ ਨੀ ਕੋਮਲ ਵੀ ਇਸਤੇਮਾਲ ਹੁੰਦਾ ਹੈਗਾ, ਨੀ ਸ਼ੁੱਧ ਵੀ ਹੈਗਾ ਨੀ ਕੋਮਲ ਵੀ ਹੋਏਗਾ, ਅੱਗੇ ਜਾ ਕੇ ਦੱਸਦੇ ਹਾਂ। ਲਾਈਕ ਨਹੀਂ ਮੇਰੇ ਖਿਆਲ, ਹਾਂ ਹਾਂ ਅੱਗੇ ਮੈਂ, ਹਾਂ ਸੱਚੇ ਪਾਤਸ਼ਾਹ ਵੇਲੇ ਸਾ ਨੀ ਸਾ ਰੇ ਕੋਮਲ ਰੇ ਫਿਰ ਗਾ ਹੈ ਦੋਨੋਂ, ਫਿਰ ਉੱਪਰੋਂ ਰੇ ਸ਼ੁੱਧ ਵੀ ਹੋ ਜਾਂਦਾ ਹੈਗਾ। ਸੋ ਹਾਂ ਦੁਬਾਰਾ ਕਰਦੇ ਹਾਂ, ਸੱਚੀ ਤੇਰੀ ਸਿਫਤ ਸੱਚੀ ਸਾਲਾ, ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ। ਹੁਣ ਇਹਨੇ 1 2 3 4 5 6 ਸੁਰਾਂ ਬੜੀ ਤੇਜ਼ੀ ਨਾਲ ਚੱਲਦਾ, ਸੋ ਜੇ ਨਹੀਂ ਵੀ ਕਰਨਾ ਚਾਹੁੰਦੇ ਤਾਂ ਇੱਥੇ ਰੁਕ ਜਾਓ। ਸੱਚੀ ਸੱਚੇ ਪਾਤਸ਼ਾਹ, ਬਸ ਇੱਥੇ ਰੁਕ ਜਾਓ, ਅਤੇ ਜਿਹੜੇ ਕਰ ਸਕਦੇ ਨੇ ਫਿਰ ਉਹ ਕਰ ਲੈਣ, ਸੱਚੇ ਪਾਤਸ਼ਾਹ। ਉਂਗਲੀਆਂ ਦੇਖ ਲੈਣਾ ਫਿਰ, ਤੀਸਰੀ ਦੂਸਰੀ ਪਹਿਲੀ, ਫਿਰ ਫਿਰ ਅੰਗੂਠਾ ਰੱਖ ਕੇ ਪਹਿਲੀ ਅਤੇ ਦੂਸਰੀ, ਤਾਂ ਜਲਦੀ ਕਰ ਸਕਦੇ ਹੋ, ਪ੍ਰੈਕਟਿਸ ਕਰੋ ਤਾਂ। ਅੱਗੇ ਚੱਲਦੇ ਹਾਂ, ਅੰਤਰ ਜਿਹੜੇ ਨੇ ਮੈਂ ਦੱਸਿਆ ਸੀ ਪਹਿਲੀਆਂ 3 ਤੁੱਕਾਂ ਦਾ ਪਹਿਲਾ ਅੰਤਰਾ, ਫਿਰ ਦੂਸਰੀਆਂ ਦੂਸਰਾ ਅੰਤਰ ਵੀ 3 ਤੁੱਕਾਂ ਦਾ, ਇਸ ਤਰ੍ਹਾਂ ਹੈ, ਸੱਚੇ ਤੇਰੇ ਖੰਡ ਸੱਚੇ ਬ੍ਰਹਿਮੰਡ, ਸੱਚੇ ਤੇਰੇ ਲੋ ਸੱਚੇ ਆਕਾਰ। ਇੱਕ ਵਾਰੀ ਹੋਰ, ਸੱਚੇ ਤੇਰੇ ਖੰਡ ਸੱਚੇ ਬ੍ਰਹਿਮੰਡ, ਸੱਚੇ ਤੇਰੇ ਲੋ ਸੱਚੇ ਆਕਾਰ। ਇਸੇ ਤਰ੍ਹਾਂ ਤੀਸਰੀ ਤੁਕ ਨੂੰ 2 ਵਾਰ ਪੜ੍ਹਨਾ,
ਦੋਨੋਂ ਟੀਨਾਂ 'ਤੇ। ਸੱਚੇ ਤੇਰੇ ਕਰਨੇ ਸਰਬ ਵਿਚਾਰ, ਸੱਚੇ ਤੇਰੇ ਕਰਨੇ ਸਰਬ ਵਿਚਾਰ। ਇੱਕ ਵਾਰ ਮੈਂ ਸਲੋ ਕਰਕੇ ਦੱਸਦਿਆਂ, ਦੇਖੋ। ਸੱਚੇ ਤੇਰੇ ਕਰਨੇ ਸਰਬ ਵਿਚਾਰ, ਸੱਚੇ ਤੇਰੇ ਕਰਨੇ ਸਰਬ ਵਿਚਾਰ। ਇਸ ਤੋਂ ਬਾਅਦ ਵਾਪਸ ਆਉਣਾ, ਸਰਬ ਵਿਚਾਰ, ਯਾਨੀ ਕਿ ਧਾ ਨੀ ਧਾ ਪਾ ਪਾ ਮਾ ਮਾ, ਸਰਬ ਵਿਚਾਰ। ਫਿਰ ਉਸ ਲਾਈਨ 'ਤੇ ਆ ਜਾਣਾ, ਸੱਚੀ ਤੇਰੀ ਸਿਫਤ। ਹਾਂਜੀ, ਅਗਲੀਆਂ ਤਿੰਨ ਤੁੱਕਾਂ ਇਕੱਠੀਆਂ ਫਿਰ। ਸੱਚਾ ਤੇਰਾ ਅਮਰ ਸੱਚਾ ਦੀਬਾਣ, ਸੱਚਾ ਤੇਰਾ ਹੁਕਮ ਸੱਚਾ ਫੁਰਮਾਨ। ਇਹ ਦੋਨੋਂ ਪੜ੍ਹ ਕੇ ਫਿਰ ਤੀਸਰੀ ਤੁੱਕ ਦੋ ਵਾਰੀ ਪੜ੍ਹਨੀ ਹੈ। ਸੱਚਾ ਤੇਰਾ ਕਰਮ ਸੱਚਾ ਨਿਸ਼ਾਨ, ਸੱਚਾ ਤੇਰਾ ਕਰਮ ਸੱਚਾ ਨਿਸ਼ਾਨ। ਫਿਰ ਵਾਪਸ, ਸੱਚਾ ਨਿਸ਼ਾਨ। ਅੱਗੇ ਫਿਰ ਦੋ ਤੁੱਕਾਂ ਨੇ ਹੁਣ। ਸੱਚੇ ਤੁਦ ਆਖੇ ਲੱਖ ਕਰੋੜ, ਸੱਚੇ, ਮੈਂ ਦੱਸਿਆ ਸੀ ਨਾ ਸੱਚੇ ਦੇ ਨਾਲ ਇਸੇ ਤੁੱਕ ਵਿੱਚ ਦੋ ਸੱਚੇ ਦੇ ਦੋ ਦੋ ਲਾਂ ਨੇ, ਬਾਕੀ ਸਾਰੇ ਸ਼ਬਦ ਵਿੱਚ ਇੱਕ ਲਾਂ ਹੈਗੀ ਹੈ। ਸੋ ਧਿਆਨ ਨਾਲ, ਸੱਚੇ ਸਭ ਤਾਣ ਸੱਚੇ ਸਭ ਜੋਰ, ਦੁਬਾਰਾ, ਸੱਚੇ ਸਭ ਤਾਣ ਸੱਚੇ ਸਭ ਜੋਰ, ਸੱਚੇ ਸਭ ਜੋਰ। ਫਿਰ ਅਸਥਾਈ, ਸੱਚੀ ਤੇਰੀ ਸਿਫਤ ਸੱਚੀ ਸਾਲਾ, ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ। ਅੱਛਾ, ਇੱਕ ਗੱਲ ਹੋਰ ਵਿੱਚ ਦੱਸਦੇ ਹਾਂ, ਇਹਦੇ ਵਿੱਚ ਇਹ ਵਾਰ ਵਾਰ ਪੜ੍ਹਦੇ ਨੇ, ਸੱਚੇ ਪਾਤਸ਼ਾਹ। ਇਸ ਵੇਲੇ ਫਿਰ ਰੇ ਕੋਮਲ ਹੈ ਇੱਥੇ, ਅਦਰਵਾਈਜ਼ ਰੇ ਸ਼ੁੱਧ ਇੱਥੇ ਹੈ, ਇੱਥੇ ਰੇ ਕੋਮਲ। ਸੱਚੇ ਪਾਤਸ਼ਾਹ ਸੱਚੇ ਪਾਤਸ਼ਾਹ, ਸੱਚੇ ਪਾਤਸ਼ਾਹ ਸੱਚੇ ਪਾਤਸ਼ਾਹ। ਉਸ ਵੇਲੇ ਸਾ ਨਿਧਾ ਪਾਮਾ, ਇੱਕ ਵਾਰ ਫਿਰ ਦੇਖ ਲਓ। ਸੱਚੇ ਪਾਤਸ਼ਾਹ ਸੱਚੇ ਪਾਤਸ਼ਾਹ, ਸੱਚੀ ਤੇਰੀ ਸਿਫਤ ਸੱਚੀ ਸਾਲਾ, ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ। ਅਖੀਰਲੀਆਂ ਦੋ ਤੁੱਕਾਂ, ਨਾਨਕ ਸੱਚ ਤੇ ਆਇਨ ਸੱਚ, ਜੋ ਮਰ ਜੰਮੇ ਸੋ ਕੱਚ ਨਿਕੱਚ, ਨਾਨਕ ਸੱਚ ਤੇ ਆਇਨ ਸੱਚ, ਜੋ ਮਰ ਜੰਮੇ ਸੋ ਕੱਚ ਨਿਕੱਚ, ਸੋ ਕੱਚ ਨਿਕੱਚ, ਸੱਚੀ ਤੇਰੀ ਸਿਫਤ। ਸੋ ਸਤਸੰਗ ਜੀ, ਆਪ ਸਿੱਖੋ ਹੋਰਾਂ ਨੂੰ ਸਿਖਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।